ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਫਰੀਦਾਨਗਰ ਵਿਖੇ ਪਿਛਲੇ ਦਿਨੀ ਪਲਟੂਨ ਕੋਲ ਬੈਠਣ ਦੀ ਵਜ੍ਹਾ ਨਾਲ 30 ਤੋਂ 40 ਮਿੰਟ ਦਾ ਸੰਪਰਕ ਆਪਸ ਦੇ ਵਿੱਚ ਟੁੱਟ ਗਿਆ, ਜਿਸ ਨੂੰ 1 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ, ਪਰ ਉਸ ਦੇ ਬਾਵਜੂਦ ਵਿਭਾਗ ਵੱਲੋਂ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਵਜ੍ਹਾ ਨਾਲ ਜਿੱਥੇ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸਕੂਲ ਬੱਚਿਆਂ ਦੀ ਪ੍ਰੀਖਿਆਵਾਂ ਦਾ ਸਮਾਂ ਹੋਣ ਦੀ ਵਜ੍ਹਾ ਨਾਲ ਬੱਚਿਆਂ ਨੂੰ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਇਸ ਪੁਲ ਰਾਹੀਂ ਸਕੂਲ ਨੂੰ ਜਾਣਾ ਪੈ ਰਿਹਾ ਹੈ। ਦੱਸਦੇ ਚੱਲੀਏ ਕਿ ਇਸ ਨਹਿਰ ਤੇ ਪਾਏ ਗਏ ਇਸ ਪਲਟੂਨ ਪੁਲ ਦੇ ਨਾਲ ਪੱਕੇ ਪੁਲ ਦੀ ਉਸਾਰੀ ਦਾ ਕੰਮ ਵੀ ਲੱਗਿਆ ਹੋਇਆ ਹੈ, ਪਰ ਉਸਾਰੀ ਹੇਠ ਹੋਣ ਦੀ ਵਜ੍ਹਾ ਨਾਲ ਸਥਾਨਕ ਲੋਕਾਂ ਦੀ ਸਹੂਲਤ ਵਾਸਤੇ ਇਹ ਪਲਟੂਨ ਪੁਲ ਇਸ ਨਹਿਰ ਤੇ ਪਾਇਆ ਗਿਆ ਸੀ। ਨਹਿਰ ਤੇ ਬਣਾਏ ਇਸ ਪੁਲ ਦੇ ਬੈਠਣ ਦੀ ਵਜ੍ਹਾ ਨਾਲ ਪਰੇਸ਼ਾਨੀ ਝੇਲ ਰਹੇ ਸਕੂਲੀ ਬੱਚਿਆਂ ਦੇ ਨਾਲ ਜਦ ਨਿਊਜ਼ ਨੰਬਰ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਉਹਨਾਂ ਨੂੰ ਜਾਨ ਖਤਰੇ ਵਿੱਚ ਪਾ ਕੇ ਉਸ ਨਹਿਰ ਪਾਰ ਕਰਕੇ ਸਕੂਲ ਜਾਣਾ ਪੈ ਰਿਹਾ ਹੈ, ਪਰ 1 ਮਹੀਨਾ ਬੀਤ ਜਾਣ ਦੇ ਬਾਵਜੂਦ ਲੋਕਲ ਪ੍ਰਸ਼ਾਸਨ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ। ਪ੍ਰੋਬਲਮ ਹੈ ਇੱਥੇ ਲਗਾਤਾਰ 1 ਮਹੀਨਾ ਆਉਂਦੇ ਆ, ਰੋਜ਼ਾਨਾ ਇੱਥੇ ਪਾਣੀ ਆਉਂਦਾ, ਹੁਣ ਵੀ ਕਿੰਨੇ ਦਿਨ ਹੋ ਗਿਆ ਸਾਨੂੰ ਇੰਨਾ ਨਾ ਪਾਣੀ ਆਪਾਂ ਟੱਪ ਕੇ ਜਾਂਦਾ, ਸਾਡੇ ਬੈਗ ਗਿੱਲਾ ਹੋ ਜਾਂਦਾ, ਸਾਡੇ ਪੇਪਰ ਚਲੇ ਦੇ ਆ, ਸਾਡੀ ਸਵੇਰੇ ਵਰਦੀ ਸਾਰੀ ਗਿੱਲੀ ਹੋ ਜਾਂਦੀ ਹੈ, ਸਾਨੂੰ ਠੰਡ ਲੱਗਦੀ ਹੈ ਸਕੂਲੇ ਜਾਣ ਨੂੰ ਵੀ। ਇਸ ਤਰ੍ਹਾਂ ਇਹ ਪੁਲ ਸਾਨੂੰ ਇੱਕੋ ਰਸਤਾ ਇੱਥੋਂ ਜਾਣ ਨੂੰ, ਹੁਣ ਜੀ ਕੋਈ ਹੱਲ ਕਰੋ, ਕੋਈ ਇੱਥੋਂ ਜਾਣਾ ਹੁੰਦਾ ਆਪਾਂ ਸਵੇਰੇ ਪੇਪਰ ਦੇਣਾ ਤੇ ਹੁਣ ਕਿੱਦਾਂ ਜਾਈਏ ਇੱਥੋਂ ਆਪਾਂ। ਹੁਣ ਵੀ ਆਪਾਂ ਲੱਗੇ ਸੀ ਰੁਣ, ਮੈਂ ਲਗਾ ਸੀ ਪਿੰਡ ਵਾਲਿਆਂ ਨੇ ਟਪਾਇਆ, ਰੋਜ਼ਾਨਾ ਸਵੇਰੇ ਆਉਂਦੇ ਆ ਇੱਥੇ ਟਪਾਉਣ ਤੇ ਰੋਜ਼ਾਨਾ ਹਿਲੇ ਲੈਣ ਆਉਂਦੇ ਆ, ਸਾਡੇ ਐਗਜ਼ਾਮ ਚੱਲਦੇ ਆ ਤੇ ਇਹ ਪੁਲ ਲੈਣਾ, ਇਸ ਤੋਂ ਮਹੀਨਾ ਹੋ ਗਿਆ ਪਾਣੀ ਲੰਘ ਰਿਹਾ ਤੇ ਆਪਾਂ ਰੋਜ਼ ਸਵੇਰੇ ਸਕੂਲ ਜਾਂਦੇ ਹਾਂ, ਸਾਡੇ ਕੱਪੜੇ ਗਿੱਲੇ ਹੁੰਦੇ ਆ, ਆਪਾਂ ਸਾਨੂੰ ਰੁੜਨ ਦਾ ਖਤਰਾ ਆ, ਇਹਨੂੰ ਕੋਈ ਸਾਥੀ ਆ, ਸਾਡੇ ਬਥੇਰੇ ਸਾਥੀ ਆ, ਉਹ ਵੀ ਇਹਦੇ ਕੱਪੜੇ ਕੁੱਪੜੇ ਗਿੱਲੇ ਹੋ ਜਾਂਦੇ ਆ, ਉਹ ਵੀ ਰੁੜਨ ਤੋਂ ਬਚਦੇ ਆ, ਪਰ ਇਹਦਾ ਕੁਛ ਨਾ ਕੁਛ ਹੱਲ ਤੇ ਕਰੋ। ਇਸ ਪਰ ਜਦ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ 1.5 ਮਹੀਨੇ ਤੋਂ ਪੁਲ ਦੀ ਸਮੱਸਿਆ ਬਣੀ ਹੋਈ ਹੈ, ਪਰ ਅਜੇ ਤੱਕ ਲੋਕਲ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਸ ਦੀ ਕੋਈ ਸੁਧ ਲਈ ਗਈ ਹੈ। ਉਹਨਾਂ ਕਿਹਾ ਕਿ ਇਸ ਮੌਕੇ ਸਕੂਲੀ ਬੱਚਿਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜਿਸ ਵਜ੍ਹਾ ਨਾਲ ਬੱਚੇ ਰੋਜ਼ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਦਰਿਆ ਪਾਰ ਕਰਕੇ ਸਕੂਲ ਜਾ ਰਹੇ ਨੇ, ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਕੂਲ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਈ ਜਾਵੇ। ਦੱਸਦੇ ਚੱਲੀਏ ਕਿ ਨਿਊਜ਼ ਨੰਬਰ ਪਿਛਲੇ ਦਿਨੀ ਵੀ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕਰ ਚੁੱਕਿਆ ਹੈ, ਪਰ ਉਸ ਦੇ ਬਾਅਦ ਵੀ ਸ਼ਾਇਦ ਲੋਕਲ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ। 1.5 ਮਹੀਨਾ ਹੋ ਗਿਆ ਤੇ ਇੱਥੇ ਬੱਚੇ ਵੀ ਜਾਂਦੇ ਆ ਸਕੂਲ ਨੂੰ ਬੱਚੇ ਵੀ ਜਾਂਦੇ ਆ ਤੇ ਕਾਫੀ ਪਾਣੀਆਂ ਨਿਆਣੇ ਪੜ੍ਹਨ ਵੀ ਜਾਂਦੇ ਹੈਗੇ, ਇਹਦੇ ਕੋਲ ਲੰਘਿਆ ਨਹੀਂ ਜਾਂਦਾ ਤੇ ਇਹੀ ਹੈ, ਜਲਦੀ ਪੁਲ ਬਣਨਾ ਚਾਹੀਦਾ ਤੇ ਬੱਚਿਆਂ ਨੂੰ ਤਕਲੀਫ ਹੁੰਦੀ ਹੈ। ਤਾਂ ਜੇ ਪੁਲ ਬੈਠਾ ਹੋਇਆ ਸਰ, ਬੱਚੇ ਆਰ ਪਾਰ ਜਾਂਦੇ ਆ, ਬੱਚੇ ਪੜ੍ਹਨੇ ਵੀ ਲਈ ਸਕੂਲ, ਹੋਰ ਬੱਚੋਂ ਕੇ ਬਹੁਤ ਪ੍ਰੋਬਲਮ ਆ ਰਹੀ ਹੈ। ਇੱਧਰ 20-22 ਪਿੰਡ ਹੈ ਜੋ ਗਾਓ ਹੈ, ਗਾਓ ਮੇ ਆਰ ਪਾਰ ਕਰਨੇ ਮੇ ਬਹੁਤ ਤਕਲੀਫ ਆ ਰਹੀ ਹੈ ਸਰ, ਜੇ ਪੁਲ ਬੈਠਾ ਹੋਇਆ ਔਰ ਹਮਾਰੇ ਕੋਲ ਜਿਹੀ ਪ੍ਰੋਬਲਮ ਹੈ, ਜਲਦੀ ਇਹ ਪੁਲ ਠੀਕ ਕੀਆ ਜਾਏ, ਔਰ ਪੱਕੇ ਪੁਲ ਕਾ ਕਾਮ ਲਗਾ ਹੁਆ ਹੈ, ਜੇ ਤੋ ਟਾਈਮ ਸੇ ਚਲੇਗਾ ਆਪਣੇ ਹਿਸਾਬ ਸੇ, ਔਰ ਜੇ ਵਾਲਾ ਜੋ ਮੇਨ ਲੋਕਲ ਪੁਲ ਹੈ ਇਸ ਕੋ ਥੋੜ੍ਹਾ ਪਿਆਰ ਦੀ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਖਾਲ 'ਚ ਪਾਣੀ ਬੜਾ, ਪੁਲ ਦੇ ਉੱਤੋਂ ਲੰਘਣਾ ਬੜਾ ਮੁਸ਼ਕਲ ਹੋ ਗਿਆ। ਮੈਂ ਸਵੇਰੇ ਇੱਥੋਂ ਲੰਘ ਕੇ ਗਿਆ, ਇੱਥੋਂ 50-60 ਬੱਚੇ ਸਾਡੇ ਨੌਜਵਾਨ ਦੇ ਪੰਡਿਆਲ ਦੇ ਇਕੱਠੇ ਹੋਏ, ਉਹਨਾਂ ਦੇ ਮਾਪੇ ਨੇ ਆ ਕੇ ਇੱਥੇ ਆ ਕੇ ਪਾਰਕ ਉਹਨਾਂ ਨੂੰ ਕਰਾਇਆ ਨਾਲ ਹੋ ਕੇ, ਅਤੇ ਇੱਥੇ ਆਉਣ ਜਾਂਦੇ ਹੋਰ ਵੀ ਉਸ ਵੇਲੇ 60-70 ਬੰਦੇ ਪਾਸੇ ਪਾਸੇ ਖੜ੍ਹੇ ਸੀ, ਲੇਕਿਨ ਕੋਈ ਬੰਦਾ ਟੱਪਣ 'ਚ ਹਿੰਮਤ ਨਹੀਂ ਮਾਰਦਾ। ਕੁਝ ਬੰਦੇ ਨੇ, ਸਿਆਣੇ ਸਿਆਣੇ ਬੰਦੇ ਨੇ ਟਪਾਏ, ਬੰਦੇ ਨਿਆਣੇ ਆਪਣੇ ਛੋਟੇ ਬੱਚੇ, ਉਸ ਤੋਂ ਬਾਅਦ ਕੋਈ ਬੰਦਾ ਨਹੀਂ ਟੱਪਿਆ।